ਮੈਂ ਹਰ ਸਾਲ ਈਦ ਦੇ ਮੌਕੇ 'ਤੇ ਦੋ ਵਾਰ ਈਦਗਾਹ 'ਤੇ ਜਾਂਦਾ ਅਤੇ ਉੱਥੇ ਨਵਾਜ਼ ਵੀ ਉਹਨਾਂ ਦੇ ਨਾਲ ਬੈਠੀ ਦਾ, ਉਹਨਾਂ ਨਾਲ ਅਰਦਾਸ ਵੀ ਕਰੀਦੀ ਹੈ ਅਤੇ ਖੁਸ਼ੀਆਂ ਸਾਂਝੀਆਂ ਕਰੀਦੀਆਂ। ਅੱਜ ਵੀ ਮੈਂ ਜਲੰਧਰ ਦੇ ਵਿੱਚ ਈਦਗਾਹ ਦੇ ਵਿੱਚ ਆਇਆ ਈਦ ਦੇ ਸ਼ੁਭ ਮੌਕੇ 'ਤੇ। ਸੋ ਮੈਂ ਸਾਰਿਆਂ ਨੂੰ ਈਦ ਦੀ ਬਹੁਤ ਬਹੁਤ ਵਧਾਈ ਦਿੰਦਾ। ਇਹ ਸਾਂਝਾ ਤਿਉਹਾਰ ਹੈ, ਸਭ ਦਾ ਤਿਉਹਾਰ ਹੈ, ਪਿਆਰ ਦੇ ਨਾਲ ਸਾਰਿਆਂ ਨੂੰ ਇਕੱਠੇ ਹੋ ਕੇ ਮਨਾਉਣਾ ਚਾਹੀਦਾ। ਦੇਖੋ, ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਅਣਖੀ ਲੋਕਾਂ ਦੀ, ਯੋਧਿਆਂ ਦੀ ਧਰਤੀ ਹੈ, ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਅਤੇ ਇਸ ਧਰਤੀ ਨੇ ਹਮੇਸ਼ਾ ਵਫਾਦਾਰੀ ਸਿਖਾਈ ਹੈ। ਜਿਹੜੇ ਲੋਕ ਭੱਜਦੇ ਹੈ ਆਪਣੀ ਪਾਰਟੀਆਂ ਨੂੰ ਧੋਖਾ ਦੇ ਕੇ, ਜਿਹੜੇ ਲੋਕ ਦੂਸਰੇ ਪਾਸੇ 'ਤੇ ਜਾਂ ਫਿਰ ਤੀਸਰੇ ਪਾਸੇ 'ਤੇ ਜਾ ਕੇ ਇਲੈਕਸ਼ਨ ਲੜਦੇ ਹੈ, ਅਜਿਹੇ ਲੋਕਾਂ ਨੂੰ ਮੂੰਹ ਨਾ ਲਗਾਓ, ਚਾਹੇ ਉਹ ਮੈਂ ਹੀ ਕਿਉਂ ਨਾ ਹੋਵਾਂ। ਸਾਰਿਆਂ ਨੂੰ ਚਾਹੀਦਾ ਕਿ ਉਹਨਾਂ ਕਿਰਦਾਰ ਵਾਲੇ ਲੋਕਾਂ ਨੂੰ ਖੜਾ ਕਰੇ, ਜਿਹੜੇ ਉਹਨਾਂ ਨੂੰ ਜਿਤਾਵੇ, ਜਿਹੜੇ ਲੋਕ ਖੜਦੇ ਹੈ, ਜਿਹੜੇ ਲੋਕ ਡਰਦੇ ਨਹੀਂ ਹੈ, ਜਿਹੜੇ ਲਾਲਚ ਵਿੱਚ ਵਿਕਦੇ ਨਹੀਂ ਹੈ, ਬਕਾਊ ਮਾਲ ਇੱਥੇ ਬਹੁਤ ਫਿਰਦਾ, ਇਸ ਤੋਂ ਬਚ ਕੇ ਰਹੋ। ਹਾਲ ਵਿਕਰਮਜੀਤ ਸਿੰਘ ਚੌਧਰੀ ਨੇ ਵੀ ਸੋਸ਼ਲ ਮੀਡੀਆ ਦੇ ਵਿੱਚ ਚੰਗਾ ਵਿਚਾਰ ਕੀਤਾ ਤੇ ਅਲਵਿਦਾ ਕਾਂਗਰਸ ਨੂੰ ਕਰ ਦਿੱਤਾ, ਇੰਨੇ ਸਾਲਾਂ ਦੀ ਕਿਹੜੀ ਉਹਨਾਂ ਦੀ ਨਹੀਂ। ਇਦਾਂ ਦੀ ਕੋਈ ਗੱਲ ਨਹੀਂ, ਕਿਸੇ ਨੇ ਅਜੇ ਅਲਵਿਦਾ ਨਹੀਂ ਕਿਹਾ, ਲੇਕਿਨ ਅਜੇ ਪਾਣੀ ਆਇਆ ਨਹੀਂ, ਪਹਿਲਾਂ ਮੌਜੇ ਨਹੀਂ ਖੁੱਲਣੇ ਚਾਹੀਦੇ। ਜਦੋਂ ਜੋ ਫੈਸਲਾ ਹੋਏਗਾ ਪਾਰਟੀ ਦਾ ਉਹਦੇ ਮੁਤਾਬਕ ਹੋਏਗਾ। ਕੋਠੀ ਦਾ ਬੜੀ ਚਰਚਾ ਚੱਲ ਰਹੀ ਹੈ, ਚਰਚੇ ਨੇ ਇੱਥੇ ਕੀ ਇਲੈਕਸ਼ਨ ਤੋਂ ਪਹਿਲਾਂ ਤੁਹਾਡਾ ਘਰ ਕੋਠੀ ਤੁਸੀਂ ਕੋਠੀ ਇੱਕ ਲੈ ਅਰਬਨ ਸਟੇਟ ਦੇ ਵਿੱਚ ਲੈ ਰਹੇ ਹੋ ਇੱਥੇ ਜਲੰਧਰ ਦੇ ਵਿੱਚ ਔਰ ਇਸ ਪੂਰੀ ਕੰਸਟੀਚੁਐਂਸੀ 'ਚ, ਚਾਹੇ ਉਹ ਕਰਤਾਰਪੁਰ ਹੈ, ਚਾਹੇ ਉਹ ਕੋਈ ਵੀ ਏਰੀਆ ਹੈ, ਉੱਥੇ NRI ਬਹੁਤ ਹੈ। ਬਾਹਰੋਂ ਮੈਨੂੰ ਬਹੁਤ ਕਾਲਸ ਆ ਰਹੀਆਂ ਕਿ ਜੀ ਸਾਡੀ ਕੋਠੀ ਖਾਲੀ ਪਈ ਹੈ, ਤੁਸੀਂ ਉਹਦੇ ਜਾ ਕੇ ਰਹੋ। ਇਹ ਕੋਈ ਮੈਂ ਖਰੀਦੀ ਕੋਈ ਨਹੀਂ ਕੋਠੀ, ਮੈਂ ਲਈ ਕੋਈ ਨਹੀਂ ਕੋਠੀ, ਮੈਂ ਕਿਸੇ ਨੂੰ ਕੋਈ ਕਿਰਾਇਆ ਨਹੀਂ ਦਿੱਤਾ, ਲੇਕਿਨ ਮੈਨੂੰ ਵਲੰਟਰੀਲੀ ਬਹੁਤ ਕੋਠੀਆਂ ਆਫਰ ਹੋ ਰਹੀਆਂ ਕਿ ਸਾਡੀ ਕੋਠੀ 'ਚ ਰਹੋ। ਪਰ ਮੈਂ ਇਸ ਸੁਭਾਅ ਦਾ ਬੰਦਾ ਕਿ ਮੈਂ ਪਿੱਛੇ ਵੀ ਇਲੈਕਸ਼ਨ ਵਿੱਚ ਇੱਥੇ ਆਇਆ ਸੀ, ਆ ਜਿਹੜਾ 22 ਇਲੈਕਸ਼ਨ ਹੋਇਆ, ਮੈਂ ਕਾਫੀ ਦਿਨ ਇੱਥੇ ਰਿਹਾ, ਪਰ ਮੈਂ ਡੇਰਿਆਂ ਵਿੱਚ ਹੀ ਰਿਹਾ ਅਤੇ ਮੈਂ ਜਾਂ ਫਿਰ ਗਰੀਬ ਲੋਕਾਂ ਦੇ ਘਰਾਂ 'ਚ ਰਿਹਾ, ਇਸੇ ਤਰ੍ਹਾਂ ਮੈਂ ਹੁਣ ਕਰਾਂਗਾ। ਸੀਐਮ ਸਾਹਿਬ ਇੱਥੇ ਵੀ ਆਏ ਸੀ, ਉਹਨਾਂ ਨੇ ਡਰਗਨ ਦੀ ਕਿਹਾ ਸੀ, ਉਹਨਾਂ ਨੇ ਕਿਹਾ ਸੀ ਮੁਸਲਮਾਨ ਭਾਈਚਾਰੇ ਕਿਹੜਾ ਈਦ ਦਾ ਦਰਗਾਹ ਜਲਦੀ ਕਿਹੜੀ ਹੈ ਇਸ ਤਰ੍ਹਾਂ ਜੋ ਇਹਨਾਂ ਦੀ ਮੰਗ ਹੈਗੀ ਉਹ ਕੀਤੀ ਜਾਏਗੀ। ਦੇਖੋ, ਆਮ ਆਦਮੀ ਪਾਰਟੀ ਦਾ ਇਤਿਹਾਸ ਇਹ ਹੈ, ਇਹ ਮੁੱਢੀ ਇਹਨਾਂ ਨੇ ਝੂਠ ਦੇ ਸਿਰ 'ਤੇ ਬੰਨਿਆ। ਈਦਗਾਹ ਵਿੱਚ ਵੀ ਆ ਕੇ ਇੱਥੇ ਐਲਾਨ ਕਰ ਗਏ ਸੀ, ਅਸੀਂ ਤੁਹਾਡੀ ਇਸ ਈਦਗਾਹ ਨੂੰ ਬਹੁਤ ਸੋਹਣਾ ਬਣਾ ਦਾਂਗੇ। ਇੱਕ ਇੱਟ ਦੀ ਲਗਾਈ, ਇੱਕ ਸਾਲ ਹੋ ਗਿਆ, ਦੁਬਾਰੇ ਚੋਣਾਂ ਆ ਗਈਆਂ, ਪਿਛਲੀ ਚੋਣਾਂ ਦੇ ਵਿੱਚ ਵਾਅਦਾ ਕੀਤਾ ਸੀ। ਇਹ ਲੋਕ ਕਿਸੇ ਦੇ ਨਹੀਂ ਹੈ ਅਤੇ ਕੁਛ ਵੀ ਕਰਨ ਜੋਗੇ ਨਹੀਂ ਹੈ, ਇਹਨਾਂ ਦੇ ਆਪਣੇ ਰੱਫੜ ਪਏ ਹੋਏ ਹੈ, ਬਹੁਤ ਜ਼ਿਆਦਾ ਇਹਨਾਂ ਨੇ ਕਰਪਸ਼ਨ ਕੀਤੀ ਆ, ਉਹਦੇ ਵਿੱਚ ਅੰਦਰ ਜਾ ਰਹੇ ਹੈ।